ਅਕਾਲ ਜੀ ਮਿੱਤਰੋ ਅਤੇ ਸਵਾਗਤ ਆ ਜੀ ਤੁਹਾਡਾ ਸਾਡੇ ਇੱਕ ਹੋਰ ਵਲੋਗ 'ਚ। ਅਤੇ ਅੱਜ ਅਸੀਂ ਚੱਲੇ ਹਾਂ, ਕੋਈ ਪਲੈਨ ਨਹੀਂ ਸੀ, ਵੈਸੇ ਚੱਲੇ ਹਾਂ, ਹੁਣ ਬਣ ਗਿਆ ਪਲੈਨ। ਹੁਣ ਮੈਂ ਚੱਲਿਆ ਕੈਪੀਲਾਨੋ ਸਸਪੈਂਸ਼ਨ ਬ੍ਰਿਜ, ਅਤੇ ਮੈਂ ਸੋਚਿਆ ਕਿਉਂ ਨਾ ਵਲੋਗ ਬਣਾ ਲਈਏ ਅਤੇ ਤੁਹਾਨੂੰ ਵੀ ਦਿਖਾਇਆ ਜਾਵੇ। ਮੈਂ ਪਹਿਲਾਂ ਗਿਆ ਸੀਗਾ 2 ਸਾਲ ਪਹਿਲਾਂ, ਅਤੇ ਉਹਲਾ ਪਾਸ ਸਾਲ ਦਾ ਹੁੰਦਾ, ਮੇਰਾ ਪਾਸ ਵੀ ਐਕਸਪਾਇਰ ਹੋ ਗਿਆ, ਉੱਥੇ ਜਾ ਕੇ ਪਾਸ ਵੀ ਬਣਾਵਾਂਗੇ ਆਪਾਂ। ਅਤੇ ਕੈਪੀਲਾਨੋ ਸਸਪੈਂਸ਼ਨ ਬ੍ਰਿਜ ਦੇਖਿਆ, ਬਹੁਤ ਟਾਈਮ ਹੋ ਗਿਆ, ਦੁਬਾਰਾ ਚੱਲਦੇ ਹਾਂ ਅਤੇ ਹੁਣ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਜਾਂਦੇ ਹਾਂ ਵੈਨਕੂਵਰ ਸ਼ਹਿਰ ਦੇ ਨਜ਼ਾਰੇ, ਅਤੇ ਫਿਰ ਪਹੁੰਚਦੇ ਹਾਂ ਸਫ਼ਰ ਤੱਕ ਰਿਓ ਨਾਲ। ਪੜ ਪੜ ਇਲਮ ਤੇ ਖਾਦ ਲਹੋ ਵੇ ਕਦੇ ਆਪਣੇ ਆਪ ਨੂੰ ਪੜਿਆ ਨਾ। ਜ਼ਿੰਦਗੀ 'ਚ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਜ਼ਰੂਰ ਟਾਈਮ ਕੱਢਿਆ ਕਰੋ, ਆਪਣੇ ਆਪ ਨੂੰ ਜ਼ਰੂਰ ਟਾਈਮ ਦਿਆ ਕਰੋ। ਜਿੱਦਾਂ ਤੁਸੀਂ ਹੋਰ ਚੀਜ਼ਾਂ ਨੂੰ ਟਾਈਮ ਦਿੰਦੇ ਹੋ, ਕੰਮ ਨੂੰ ਟਾਈਮ ਦਿੰਦੇ ਹੋ, ਆਪਣੀ ਪੜ੍ਹਾਈ ਨੂੰ ਟਾਈਮ ਦਿੰਦੇ ਹੋ, ਸਭ ਚੀਜ਼ਾਂ ਨੂੰ, ਆਪਣੇ ਆਪ ਨੂੰ ਵੀ ਟਾਈਮ ਦਿਆ ਕਰੋ। ਇਹੋ ਜਿਹੀਆਂ ਜਗ੍ਹਾ 'ਚ ਜਾਇਆ ਕਰੋ ਜਿੱਥੇ ਤੁਹਾਡੇ ਮਨ ਨੂੰ ਖੁਸ਼ੀ ਮਿਲਦੀ ਆ। ਅਤੇ ਇੱਦਾਂ ਹੀ ਜੀ ਮੇਰਾ ਸਫ਼ਰ ਹੁੰਦਾ ਆ ਸ਼ੁਰੂ, ਮੈਂ ਚੱਲ ਗਿਆ ਕੈਪੀਲਾਨੋ ਸਸਪੈਂਸ਼ਨ ਬ੍ਰਿਜ। ਆਹ ਬਾਬੇ, ਉਹ ਰੀਨਿਊ ਕਰਤਾ ਉਹਨਾਂ ਨੇ ਕਾਰਡ ਸਾਡਾ, ਅਤੇ ਇਹਦੇ 'ਤੇ ਕਰਤਾ ਲੋਡ ਜੀ 1 ਈਅਰ ਦਾ ਹੋਰ ਪਾਸ। ਅਤੇ ਆਹ ਤੁਹਾਨੂੰ ਦਿਖਾਉਂਦੇ ਹੁਣ ਕੈਪੀਲਾਨੋ ਸਸਪੈਂਸ਼ਨ ਬ੍ਰਿਜ। ਆ ਜੀ ਇੱਥੇ ਸਾਰਾ ਕੁਛ, ਕੈਪੀਲਾਨੋ ਸਸਪੈਂਸ਼ਨ ਬ੍ਰਿਜ, ਟ੍ਰੀ ਟੋਪਸ ਐਡਵੈਂਚਰ, ਕਲਿਫ ਵਾਕ, ਕਲਿਫ ਹਾਊਸ, ਰੋਜਰਸ, ਬਲਾ ਬਲਾ ਬਲਾ, ਪਤਾ ਨਹੀਂ ਆਪਾਂ ਨੂੰ ਕੀ ਆ, ਹੋਰ ਬੜਾ ਕੁਝ ਆ। ਅਤੇ ਉੱਧਰ ਨੂੰ ਆ ਜੀ ਕੈਪੀਲਾਨੋ ਸਸਪੈਂਸ਼ਨ ਬ੍ਰਿਜ। ਬ੍ਰਿਜ ਜਾਣ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਵੜ ਗਿਆ ਮੈਂ ਸਟੋਰ 'ਚ। ਸਟੋਰ ਸੀਗਾ ਉੱਥੇ ਬਣਿਆ ਬਹੁਤ ਘੈਂਟ, ਵਿੱਚ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਸੀਗੀਆਂ। ਸਟੋਰ ਦੀ ਪ੍ਰੈਜੈਂਟੇਸ਼ਨ ਬਾਹਲੀ ਸੋਹਣੀ ਸੀਗੀ, ਬਹੁਤ ਐਂਟੀਕ ਜਿਹਾ ਬਣਾਇਆ ਸੀਗਾ ਅੰਦਰੋਂ ਉਹਦਾ ਲੁੱਕ ਸਾਰਾ ਕੁਛ। ਅਤੇ ਇੱਦਾਂ ਹੀ ਜੀ ਸਟੋਰ 'ਚ ਇੱਧਰ ਉੱਧਰ ਘੁੰਮਦਾ ਫਿਰਦਾ ਰਿਹਾ ਮੈਂ। ਅਤੇ ਫਿਰ ਜੀ ਮੈਂ ਤੁਰ ਪਿਆ ਕਲਿਫ ਵਾਕ ਵੱਲ ਨੂੰ। ਆਹ ਜੀ ਬਾਬਿਓ ਮੇਰੇ ਮਗਰ ਕਲਿਫ ਵਾਕ, ਅਤੇ ਆਪਾਂ ਚੱਲਦੇ ਹਾਂ ਜੀ ਹੁਣ ਕਲਿਫ ਵਾਕ 'ਤੇ, ਤੁਹਾਨੂੰ ਦਿਖਾਉਂਦੇ ਨਾਲੇ। ਕਲਿਫ ਵਾਕ 'ਤੇ ਪਾਣੀ ਦੀ ਆਵਾਜ਼, ਉਹ ਨੇਚਰ ਦੀ ਆਵਾਜ਼, ਮੈਂ ਮਿਊਜ਼ਿਕ ਥੋੜ੍ਹਾ ਜਿਹਾ ਲੋਅ ਕਰ ਦਿੰਦਾ, ਤੁਸੀਂ ਵੀ ਸੁਣੋ। ਅਤੇ ਮੈਨੂੰ ਇੱਕ ਗਾਣਾ ਯਾਦ ਆ ਗਿਆ, ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ। ਇੱਕ ਬੰਦੇ ਦੀ ਜਗ੍ਹਾ ਹੀ ਆ ਬੱਸਾਂ ਤੁਰਨ ਦੀ, ਥੱਲੇ ਬਹੁਤ ਡੂੰਘਾ ਆ, ਥੱਲੇ ਉਹ ਪਾਣੀ ਵੀ ਆ, ਅਤੇ ਉਹ ਆਪਣੇ ਪਿੱਛੇ ਹੈਗਾ ਜੀ ਬ੍ਰਿਜ ਜਿੱਥੇ ਆਪਾਂ ਬਾਅਦ 'ਚ ਜਾਵਾਂਗੇ। ਸੀਗੀ ਬਾਬੇ ਉਹ ਕਲਿਫ ਵਾਕ, ਕਿਉਂਕਿ ਆ ਜਿਹੜੀ ਇਹ ਕਲਿਫ ਆ ਅਤੇ ਇਹਦੇ ਅਰਾਊਂਡ ਵਾਕ ਬਣਾਈ ਆ, ਇੱਦਾਂ ਥੱਲੇ ਬਹੁਤ ਡੀਪ ਆ। ਜਦੋਂ ਮੈਂ ਚੱਲਦਾ ਸੀਗਾ ਅਤੇ ਹਿਲਦਾ ਸੀਗਾ ਥੋੜ੍ਹਾ ਜਿਹਾ। ਕਰਦੇ ਕਰਾਉਂਦੇ ਜੀ ਆਪਾਂ ਦੇਖ ਲਈ ਸਾਰੀ ਕਲਿਫ ਵਾਕ,
ਉਹ ਬਾਬੇ ਉਹਨਾਂ ਨੇ ਲਾਈਟਾਂ ਵੀ ਜਗਾਤੀਆਂ, ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਂਦਾ। ਫਿਰ ਮੇਨ ਚੀਜ਼ ਹੈਗੀ ਆ ਜੀ ਕੈਪੀਲਾਨੋ ਸਸਪੈਂਸ਼ਨ ਬ੍ਰਿਜ ਜਿਹੜਾ ਤੁਸੀਂ ਦੇਖ ਰਹੇ ਹੋ। ਕੈਪੀਲਾਨੋ ਸਸਪੈਂਸ਼ਨ ਬ੍ਰਿਜ ਤੋਂ ਹੁੰਦੇ ਹੋਏ ਮੈਂ ਚੱਲ ਗਿਆ ਜੀ ਪਰਲੇ ਪਾਰ, ਅਤੇ ਮੈਨੂੰ ਥੋੜ੍ਹੀ ਜਿਹੀ ਲੱਗ ਗਈ ਭੁੱਖ ਅਤੇ ਠੰਡ ਵੀ ਲੱਗਦੀ ਪਈ ਸੀ ਜੀ। ਮੈਂ ਚੱਕੀ ਕੌਫੀ, ਕੌਫੀ ਰੱਖ ਕੇ ਹਲੇ ਬੈਠਾ ਹੀ ਸੀਗਾ ਜੀ, ਮੈਂ ਕੌਫੀ ਦਾ ਸ਼ੋਟ ਲੈਂਦਾ ਸੀ ਟਰਾਈਪੋਡ ਸੈੱਟ ਕਰਕੇ, ਅਤੇ ਇਹਦੇ ਚੱਕਰਾਂ 'ਚ ਬਈ ਮੈਂ ਟਰਾਈਪੋਡ ਸੈੱਟ ਕਰਨ ਦੇ ਚੱਕਰਾਂ 'ਚ ਮੇਰੇ ਮੂਹਰੇ ਆ ਕੇ ਸਕੁਇਰਲ, ਇਹਨੂੰ ਗਾਲੜੀ ਕਹਿੰਦੇ ਆਪਾਂ ਜਾਂ ਗਾਲੜ ਕਹਿ ਦਿੰਦੇ ਹਾਂ, ਅਤੇ ਕਾਟੋ ਕਹਿ ਦਿੰਦੇ ਆ ਕਈ, ਅਤੇ ਉਹ ਚੱਕ ਕੇ ਲੈ ਗਈ ਜੀ ਮੇਰੀ ਕੁੱਕੀ। ਮੇਰੀ ਕੁੱਕੀ ਚੱਕ ਲਈ ਉਹਨੇ, ਅਤੇ ਹੁਣ ਵੱਜ ਜਾਈਆਂ ਗੱਡੀ ਜਾਂਦਾ ਉੱਥੇ ਜਾ ਕੇ, ਲੱਗਦਾ ਸਾਰਿਆਂ ਨੂੰ ਬੁਲਾਊਗਾ। ਸ਼ੇਅਰਿੰਗ ਇਜ਼ ਕੇਅਰਿੰਗ ਬਾਬਿਓ, ਮੈਂ ਕੁਝ ਨਹੀਂ ਕਿਹਾ। ਚਲੋ ਆਓ ਦੇਖ ਪਤੰਦਰ ਭੱਜਿਆ ਫਿਰਦਾ, ਸਾਰਿਆਂ ਨੂੰ ਬੁਲਾ ਕੇ ਲਿਆਊਗਾ ਬਾਬਿਓ। ਜੱਟ ਦੇ ਹੱਕ ਹੱਕ ਹਲਾਲ ਹੱਕ ਮਿਹਨਤ ਦੀ ਕਮਾਈ ਦੀ ਕੁੱਕੀ ਚੱਕ ਕੇ ਲੈ ਗਿਆ ਸਕੁਰਲ, ਜੋ ਵੀ ਹੁੰਦਾ ਉਹ ਸਕੁਰਲ ਜੀ। ਬਾਬੇ ਉਹ ਵਾਕ ਆ ਬ੍ਰਿਜ ਤੋਂ ਬਾਅਦ ਜੋ ਕਿ ਇਹਨਾਂ ਪਹਾੜੀਆਂ ਦੇ ਉੱਤੇ ਬਣਾਈ ਉਹ, ਇਹ ਚੱਲਦੀ ਚੱਲਦੀ ਇੱਥੋਂ ਜਾਂਦੀ ਆ, ਕਦੀ ਰੁੱਖਾਂ 'ਤੇ ਚੜ੍ਹ ਜਾਂਦੀ ਆ, ਫਿਰ ਵਿੱਚ ਬ੍ਰਿਜ ਹੈਗੇ ਨੇ ਇੱਕ ਰੁੱਖ ਤੋਂ ਦੂਸਰੇ ਰੁੱਖ 'ਤੇ ਫਿਰ ਦੂਸਰੇ 'ਤੇ, ਇੱਦਾਂ ਹੀ ਕਨੈਕਟਡ ਘੁੰਮ ਘੁੰਮਾ ਕੇ ਇਹਨਾਂ ਨੇ ਵਾਪਸ ਉੱਥੇ ਲੈ ਆਉਣਾ। ਬਟ ਇਹ ਬਹੁਤ ਤਕੜੀ ਵਾਕ ਹੈ, ਐਂਡ ਤੁਸੀਂ ਦੇਖ ਸਕਦੇ ਹੋ ਲਾਈਟਸ ਲੱਗੀਆਂ ਰੁੱਖ 'ਤੇ, ਅਤੇ ਦਿਵਾਲੀ ਵਾਲਾ ਮਾਹੌਲ ਬਣਾਇਆ। ਆਹ ਬਾਬੇ ਉਹ ਟ੍ਰੀ ਟੂ ਟ੍ਰੀ ਬ੍ਰਿਜ ਬਣਾਇਆ ਵਾ, ਸਾਰੀ ਵਾਕ ਜਿਹੜੀ ਘੁੰਮ ਕੇ ਅਰਾਊਂਡ, ਫਿਰ ਉੱਥੇ ਕੈਪੀਲਾਨੋ ਸਸਪੈਂਸ਼ਨ ਬ੍ਰਿਜ ਜਿਹੜਾ ਮੇਨ ਬ੍ਰਿਜ ਆ ਉਹਦੇ ਕੋਲ ਘੁੰਮ ਜਾਂਦੀ ਆ, ਸਾਰੀ ਘੁੰਮ ਘੁੰਮਾ ਕੇ ਥੱਲੇ ਕਈ ਉੱਪਰ ਨੀਚੇ ਇੱਦਾਂ ਹੀ। ਇੱਥੇ ਮੁੱਕਦਾ ਜੀ ਕੈਪੀਲਾਨੋ ਸਸਪੈਂਸ਼ਨ ਬ੍ਰਿਜ ਦਾ ਇਹ ਦਿਨ ਮੇਰਾ। ਆ ਸੀਗਾ ਜੀ ਅੱਜ ਦਾ ਵਲੌਗ, ਅਤੇ ਬਾਕੀ ਸਾਰੇ ਵਲੌਗਾਂ ਨਾਲੋਂ ਡਿਫਰੈਂਟ ਸੀਗਾ ਅੱਜ ਦਾ ਵਲੌਗ, ਥੋੜ੍ਹਾ ਪੀਸਫੁਲ ਸੀਗਾ। ਬਾਕੀਆਂ 'ਚ ਤਾਂ ਖੱਪ ਗਿਆ ਤੁਹਾਨੂੰ ਪਤਾ ਹੀ ਆ, ਉਹ ਮੈਨੂੰ ਵਧੀਆ ਲੱਗਦੇ ਵੈਸੇ ਖੱਪ ਵਾਲੇ, ਪਰ ਲਾਈਕ ਜਿੱਦਾਂ ਦੀ ਸਿਚੁਏਸ਼ਨ ਬਣ ਗਿਆ ਪੀਸਫੁਲ ਵਲੌਗ ਪੀਸਫੁਲ, ਅਤੇ ਪੀਸਫੁਲ ਤੋਂ ਜ਼ਿਆਦਾ ਆ ਵੀ ਸਾਡੀ ਫਾਇਰ ਪਲੇਸ ਵੀ ਰਿਪੇਅਰ ਕਰ ਦਿੱਤੀ ਗਈ, ਜਿੱਦਾਂ ਚੱਲ ਰਹੀ ਆ ਹੁਣ, ਅਤੇ ਵਲੌਗ ਦੀ ਕਰਦੇ ਹਾਂ ਐਂਡਿੰਗ ਇਸੇ ਨਾਲ। ਟਾਟਾ ਬਾਏ ਬਾਏ, ਲਵ ਯੂ, ਅਤੇ ਬਸ ਇੰਸਟਾਗ੍ਰਾਮ 'ਤੇ ਫੋਲੋ ਜ਼ਰੂਰ ਕਰ।